ਤੂੰ ਬੰਦੂਕ ਫੜਨ ਦੀ ਗੱਲ ਆ, ਤੇਰਾ ਲੱਗੇ ਬਿਨਾਂ ਬੰਦੂਕ ਵਿੱਚੋਂ ਛੀੜ ਦੀ ਹੈ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਅਸੀਂ ਸਾਡੇ ਪਹਿਲੇ ਅਫੀਸ਼ੀਅਲ ਗਾਣੇ ਨੂੰ ਇੰਨਾ ਪਿਆਰ ਦੇਣ ਲਈ ਤੇ ਸਾਡੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਦਿਲੋਂ ਧੰਨਵਾਦ ਕਰਦੇ ਹਾਂ। ਤੇ ਅੱਜ ਅਸੀਂ ਜਾ ਰਹੇ ਹਾਂ ਦਿਲਜੀਤ ਦੋਸਾਂਝ ਦੇ ਲਾਈਵ ਪ੍ਰਮੋਸ਼ਨਲ ਇਵੈਂਟ ਤੇ, ਉੱਥੇ ਜਾ ਕੇ ਲੋਕਾਂ ਤੋਂ ਪੁੱਛਾਂਗੇ ਕਿ ਉਹ ਦਿਲਜੀਤ ਦੋਸਾਂਝ ਬਾਰੇ ਤੇ ਉਹਨਾਂ ਦੀ ਆਉਣ ਵਾਲੀ ਫਿਲਮ ਯਾਨੀ ਕਿ ਸੱਜਣ ਸਿੰਘ ਰੰਗਰੂਟ ਬਾਰੇ ਕੀ ਸੋਚਦੇ ਨੇ। ਚਲੋ ਫਿਰ ਅੱਜ ਚੱਲੀਏ ਦਿਲਜੀਤ ਦੋਸਾਂਝ। ਖੁਸ਼ ਹੋਈਆਂ ਸਾਰੀਆਂ ਦਿਲਜੀਤ ਦਾ ਨਾਂ ਸੁਣ ਕੇ। ਅੱਛਾ, ਕਿੱਦਾਂ ਦਾ ਲੱਗਦਾ ਦਿਲਜੀਤ ਤੁਹਾਨੂੰ? ਬਹੁਤ ਵਧੀਆ ਸੀਰਾ ਬੰਦਾ। ਅਗਰ ਆਪਕੋ ਦਿਲਜੀਤ ਕੋ ਨੰਬਰ ਦੇਣੇ ਹੋ ਐਕਟਿੰਗ ਮੇ ਆਊਟ ਆਫ 10, ਕਿਤਨੇ ਨੰਬਰ ਦੋਗੇ? 9 ਹੋਣਗੇ। ਤੁਹਾਨੂੰ ਕੀ ਲੱਗਦਾ ਜਿੰਨੀ ਮਸਤੀ ਦਿਲਜੀਤ ਸਾਂਝ ਸਨੈਪਚੈਟ ਤੇ ਕਰਦੇ ਹੋਗੇ ਰੀਅਲ ਲਾਈਫ 'ਚ ਵੀ ਉਦਾਂ ਹੀ ਨੇ? ਬਿਲਕੁਲ, ਹਾਂਜੀ ਸੱਜਣ ਸਿੰਘ ਰੰਗਰੂਟ ਬਾਰੇ ਤੁਹਾਨੂੰ ਪਤਾ ਹੀ ਹੈ ਬਾਈ ਦੀ ਮੂਵੀ ਆ ਰਹੀ ਹੈ, ਟ੍ਰੇਲਰ ਦੇਖਿਆ ਸਾਰਿਆਂ ਨੇ? ਟ੍ਰੇਲਰ ਕਿਵੇਂ ਦਾ ਲੱਗਾ? ਅੱਛਾ ਹੈ ਟ੍ਰੇਲਰ। ਸੁਨੰਦਾ ਮੈਮ ਹੈ ਜੋ ਸਿੰਗਰ ਹੈ, ਉਨ੍ਹਾਂ ਵੀ ਬਹੁਤ ਅੱਛੀ ਉਨ੍ਹਾਂ ਕੇ ਸਾਥ ਐਕਟਿੰਗ ਹੈ। ਟ੍ਰੇਲਰ ਦੇਖਿਆ ਸਾਰਿਆਂ ਨੇ? ਬਾਈ ਬਹੁਤ ਵਧੀਆ ਫਿਲਮ ਹੈ, ਬਹੁਤ ਵਧੀਆ ਬਾਈ ਦੀ ਐਕਟਿੰਗ, ਸਿਰਾ ਇੱਕ ਨੰਬਰ। ਇੱਕ ਬੰਦਾ ਸਭ ਤੋਂ ਮੂਹਰੇ ਬੈਠਾ, ਸਭ ਤੋਂ ਸੀਟ ਪਹਿਲੀ ਲਈ। ਮੂਵੀ ਦੀ ਵੇਟ ਹੋ ਰਹੀ ਹੈ, ਮੂਵੀ ਦੀ ਵੇਟ ਹੋ ਰਹੀ ਹੈ, ਆਪਾਂ ਸਾਰੇ ਇਕੱਠੇ ਜਾਵਾਂਗੇ। ਟ੍ਰੇਲਰ ਬਹੁਤ ਅੱਛਾ, ਬਹੁਤ ਹੀ ਅੱਛਾ ਟ੍ਰੇਲਰ। ਜੋ ਦਿਲਜੀਤ ਨੇ ਕਰਤਾ ਉਹ ਵਧੀਆ ਹੀ ਵਧੀਆ ਹੈ ਸਰ। ਮੂਵੀ ਡਿਫਰੈਂਟ ਹੈ, ਯੂਨੀਕ ਡਿਫਰੈਂਟ ਹੈ, ਬਹੁਤ ਇੰਟੈਂਸ ਔਰ ਅੱਛਾ ਸਾ ਰੋਲ ਲੱਗ ਰਿਹਾ ਹੈ, ਬਹੁਤ ਪੈਟਰੀਓਟਿਕ ਪੈਟਰੀਓਟਿਕ। ਆਬਵੀਅਸਲੀ ਦਿਲਜੀਤ ਕਰ ਰਿਹਾ ਤਾਂ ਅੱਛਾ ਹੀ ਹੋਗਾ, ਬਟ ਇਹ ਪੰਜਾਬੀ ਮੂਵੀਜ਼ ਦਾ ਲੈਵਲ ਇਸ ਤੋਂ ਅਪ ਕਰੋਗੇ? ਹਾਂ, ਇਹ ਗੱਲ ਪੱਕੀ ਗੱਲ ਹੈ, ਪੁਰਾਣੇ ਰਿਕਾਰਡ ਸਾਰੇ ਤੋੜੋਗੇ। ਬਹੁਤ ਅੱਛੀ ਉਸਮੇ ਲੁਕਿੰਗ ਵੀ ਹੈ ਔਰ ਉਨ੍ਹਾਂ ਇੱਕ ਡਾਇਲੋਗ ਵੀ। ਸਭ ਤੋਂ ਵਧੀਆ ਡਾਇਲੋਗ ਕਿਹੜਾ ਲੱਗਾ ਤੁਹਾਨੂੰ? ਅਸੀਂ ਉਹਨਾਂ ਸ਼ਰਧਾ ਦੀ ਖੜੇ ਹੋ ਕੇ ਜੋ ਸਾਡੀ ਸ਼ਰਧਾ 'ਚ ਆ ਕੇ ਬਹਿ ਗਏ ਸੀ। ਤੂੰ ਬੰਦੂਕ ਫੜਨ ਦੀ ਗੱਲ ਆ, ਤੇਰਾ ਲੱਗੇ ਸੀ ਬਿਨਾਂ ਬੰਦੂਕ ਤੋਂ ਵਿੱਚੋਂ ਛੀੜ ਦੀ ਹੈ। ਜਬ ਸੁਨੰਦਾ ਉਨ੍ਹਾਂ ਕੇ ਸਾਥ ਮਿਲਣੇ ਜਾਤੀ ਹੈ ਤੋ ਵੋ ਉਨ੍ਹਾਂ ਕੋ ਬੋਲਤੇ ਹੈ ਕਿ ਮੈਂ ਤੁਹਾਰੇ ਲਈ, ਉਨ੍ਹਾਂਕੇ ਹਾਥ ਮੇਂ ਇੱਕ ਛੋਟੀ ਸੀ ਡੋਲ ਹੋਤੀ ਹੈ ਤੋ ਵੋ ਉਨ੍ਹਾਂਕੋ ਬੋਲਤੇ ਕਿ ਮੈਂ ਜਾ ਰਹਾ ਥਾ ਲੇਕਿਨ ਵੋ ਸਿਰਫ ਤੁਮੇ ਦੇਨੇ ਕੇ ਲੀਏ ਆਇਆ ਥਾ। ਅੱਜ ਕੌਣ ਖਿੱਚ ਲਿਆ ਤੁਹਾਨੂੰ ਇੱਥੇ? ਗੋਰੇ ਸਾਨੂੰ ਸੱਤ ਸਮੁੰਦਰੋਂ ਪਾਰ ਬਰਤਾਨੀਆ ਲੈ ਕੇ ਜਾ ਰਿਹਾ ਜੀਤੀ। ਉਹ ਟਰੱਕ ਰੋਕਦਾ ਤੇ ਇੱਕ ਬੰਦੇ ਨੂੰ ਥੱਪੜ ਮਾਰਦਾ, ਕਹਿੰਦਾ ਭੈਣ ਤੋਂ ਤਾਂ ਮੈਕਸੀਕੋ ਬਣਾਊਦਾ ਪੰਜਾਬ ਦਾ। ਥੋੜੀ ਲੰਬੀ ਦਾੜੀ ਜ਼ਿਆਦਾ ਸੂਟ ਕਰਦੀ ਆ, ਟ੍ਰਿਮ ਜ਼ਿਆਦਾ ਵਧੀਆ ਲੱਗਦੀ? ਲੰਬੀ ਦਾੜੀ ਵਧੀਆ ਲੱਗਦੀ। ਕੋਈ ਨੀ, ਜੇ ਦਲਜੀਤ ਸਾਹਿਬ ਸੁਣੇ ਤੇ ਕੁੜੀਆਂ ਦੀ ਗੱਲ ਤੇ ਜ਼ਰੂਰ ਗੌਰ ਕਰਿਓ। ਨਹੀਂ, ਹਰ ਰੂਪ ਸੋਹਣੇ ਲੱਗਦੇ ਆ, ਹੋਰ ਵੀ ਸੋਹਣੇ ਲੱਗਦੇ ਆ। ਦੇਖ ਕਿੰਨੀ ਜਿਹੀ ਮੁਕਰੀਆਂ ਤੇ ਵਧੀਆ। ਸੁਨੰਦਾ ਸ਼ਰਮਾ, ਸੁਨੰਦਾ ਸ਼ਰਮਾ, ਹਾਂ ਸੁਨੰਦਾ ਸ਼ਰਮਾ ਦੀ ਗੱਲ ਕਰਦੇ ਆ। ਸੁਨੰਦਾ ਸ਼ਰਮਾ ਦੀ ਡੈਬਿਊ ਮੂਵੀ ਹੈ ਇਹ, ਤੇ ਕੀ ਐਕਸਪੈਕਟੇਸ਼ਨਸ ਨੇ ਸੁਨੰਦਾ ਸ਼ਰਮਾ ਦੀ? ਬਾਬਾ ਟਾਕੇ ਪਾ ਦੇਣੇ ਬੁਲਟ ਦੇ। ਸੁਨੰਦਾ ਸ਼ਰਮਾ ਕੀ ਐਕਟਿੰਗ ਅਭੀ ਦੇਖੀ ਨਹੀਂ, ਬਟ ਦਿਲਜੀਤ ਸਾਥ ਹੈ ਤੋ ਓਬਵੀਅਸਲੀ ਅੱਛੀ ਕਰੇਗੀ। ਬੰਦਾ ਮਤਲਬ ਡਿਪਰੈਸ ਮੇ ਆ ਗਏ, ਮਤਲਬ ਥੋੜ੍ਹਾ ਪ੍ਰੈਸ਼ਰ ਹੋਗਾ ਕਿਉਂਕਿ ਪਹਿਲੀ ਵਾਰ ਇਤਨੀ ਸੀਨੀਅਰ ਡੈਬਿਊ ਮੂਵੀ ਮੇ ਸੀਨੀਅਰ ਆਰਟਿਸਟ ਕੇ ਸਾਥ ਕਾਮ ਕਰਨਾ ਇਜ਼ ਨੋਟ ਕੋਈ ਛੋਟੀ ਬਾਤ ਨਹੀਂ। ਦਿਲਜੀਤ ਕਾ ਕਾਫੀ ਟਾਈਮ ਸੇ ਕੋਈ ਗਾਣਾ ਨਹੀਂ ਆਇਆ ਥਾ, ਬਟ ਅਭੀ ਥੋੜ੍ਹੀ ਦੇਰ ਪਹਿਲੇ ਉਨਕੇ ਐਲਬਮ ਆਈ ਕੌਨਫੀਡੈਂਸ਼ੀਅਲ, ਸੁਣੇ ਸਾਰੇ ਗਾਣੇ? ਸੁਣੇ 9 ਸੌਂਗ ਹੈ। 9 ਸੌਂਗ ਐਗਜ਼ੈਕਟ ਪਤਾ ਕਿਹੜਾ ਫੇਵਰੇਟ ਗਾਣਾ ਕਿਹੜਾ ਵਾ ਪੂਰੀ ਐਲਬਮ ਦਾ? ਹਾਈ ਐਂਡ ਬਿਗ ਸੀਨ, ਹਾਈ ਐਂਡ ਬਿਗ ਸੀਨ,
ਫਿਊਚਰ ਵਧੀਆ ਹੈ, ਡਰਾਈਵ ਵੀ ਵਧੀਆ ਹੈ, ਡਰਾਈਵ ਵੀ ਵਧੀਆ ਸਭ ਤੋਂ, ਹਾਂ ਉਹ ਹਾਈ ਐਂਡ, ਹਾਈ ਐਂਡ ਸਾਰੇ ਵਧੀਆ, ਹਾਈ ਐਂਡ ਤਾਂ ਚਲੋ ਹੈ ਹੀ ਘੈਂਟ, ਗਵਾਣਾ ਨਹੀਂ ਹੈਗਾ ਆਵਾਜ਼ ਉੱਚੀ, ਹਾਈ ਐਂਡ ਗੱਡੀਆਂ 150 ਤੇ ਛੱਡੀਆਂ, ਜੱਟ ਨੇ ਵੀ ਨਜ਼ਰਾਂ ਤੇਰੇ ਉੱਤੇ ਗੱਡੀਆਂ। ਅੱਛਾ ਇੱਕ ਹੋਰ ਗਾਣਾ ਸੁਣਾ ਦੋ ਜਿਹੜਾ ਤੈਨੂੰ ਵਧੀਆ ਲੱਗਦਾ। ਸੌਰੀ ਆਹੀ ਲੱਗਦਾ, ਕਰਮਾਂ ਨੂੰ ਤੂੰ ਮਿਲ ਗਈ ਕਿਸਮਤ ਨੂੰ, ਬਾਈ ਦੁੱਖ ਡੂੰਘੇ ਖਾਈ ਬੈਠਾ ਹੈ ਨਾ, ਕਿਹੜੀ ਗੱਲ ਰਿਸਕ ਦੀ, ਡਾਂਗ ਚਿੜੀਆ ਤੇਰੇ ਇਸ਼ਕ ਦੀ, ਤਾਂਗ ਨਹੀਂ ਡਾਂਗ, ਉਹ ਤਾਂਗ ਕਹਿੰਦਾ, ਤਾਂਗ ਸਭ ਤੋਂ ਸਿਰਾ ਫਿਊਚਰ ਪਲਾਨ ਕਰਦਾ, ਫਿਊਚਰ ਪਲਾਨ ਕਰਦਾ ਯਾਰ, ਬਿਗ ਡਰਾਈਵ ਬਾਈ, ਕਿਸੇ ਨੇ ਕਰਿਆ ਫਿਊਚਰ ਪਲਾਨ? ਹਲੇ ਤਾਂ ਨਹੀਂ ਕਰਿਆ, ਘਰ ਦੇ ਨਾਲ ਜ਼ਰੂਰ ਕਰਿਆ। ਲਓ ਜੀ, ਜਿੱਦਾਂ ਕਿ ਤੁਸੀਂ ਦੇਖ ਹੀ ਲਿਆ ਪਿੱਛੇ ਬੜਾ ਰੌਲਾ ਪਾ ਰਿਹਾ ਦਿਲਜੀਤ ਦਸਾਂਝ ਆਉਣ ਵਾਲੇ ਆ, ਅਤੇ ਤੁਸੀਂ ਸਾਰਿਆਂ ਨੇ ਰਿਵਿਊਜ਼ ਦੇਖ ਲਏ ਲੋਕਾਂ ਦੇ, ਮੂਵੀ ਨੂੰ ਬਹੁਤ ਭਰਮਾ ਹੁੰਗਾਰਾ ਮਿਲ ਰਿਹਾ, ਹਾਲੇ ਤਾਂ ਬਸ ਟ੍ਰੇਲਰ ਹੀ ਆਇਆ, ਮੂਵੀ ਆਊਗੀ 23 ਮਾਰਚ ਨੂੰ। ਅਤੇ ਤੁਸੀਂ ਸਾਡੀ ਪਿਛਲੀ ਵੀਡੀਓ ਸਿੱਧੂ ਮੂਸੇਵਾਲਾ ਦੇ ਪਬਲਿਕ ਓਪੀਨੀਅਨ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ, ਉਹਦੇ ਲਈ ਅਸੀਂ ਤੁਹਾਡੇ ਦਿਲੋਂ ਧੰਨਵਾਦੀ ਹਾਂ। ਅਤੇ ਆਪਣੇ ਰਿਵਿਊਜ਼ ਕਮੈਂਟਸ ਬਾਕਸ ਵਿੱਚ ਦੱਸਦੇ ਰਿਹਾ ਕਰੋ। ਸਾਨੂੰ ਪਿਛਲੀ ਵਾਰ ਕਿਸੇ ਬਾਈ ਨੇ ਕਿਹਾ ਸੀ ਬਾਈ ਹੁਣ ਮਾਈਕ ਲੈ ਲਾ, ਕਿੰਨਾ ਚਿਰ ਫੋਨ 'ਤੇ ਰਿਕਾਰਡਿੰਗ ਕਰੇਗਾ, ਬਾਈ ਅਸੀਂ ਤੇਰੀ ਗੱਲ ਮੰਨ ਲਈ, ਅਸੀਂ ਮਾਈਕ ਲੈ ਲਿਆ। ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਆਪਣੇ ਰਿਵਿਊਜ਼ ਕਮੈਂਟਸ ਬਾਕਸ ਵਿੱਚ ਜ਼ਰੂਰ ਦੱਸਦੇ ਰਿਹਾ ਕਰੋ। ਲਓ ਜੀ, ਹੁਣ ਪਿੱਛੇ ਦਲਜੀਤ ਦੋਸਾਂਝ ਜੀ ਆਉਣ ਵਾਲੇ ਨੇ, ਮੇਰਾ ਕਰਦਾ ਨੱਚਣ ਦਾ ਜੀ, ਮੈਂ ਚੱਲਿਆ, ਤੁਸੀਂ ਦੇਖੋ ਆਹ ਵੀਡੀਓ ਅਤੇ ਬਾਕੀ ਸਾਡੇ ਚੈਨਲ 'ਤੇ ਹੋਰ ਬਥੇਰੀਆਂ ਵੀਡੀਓਜ਼ ਨੇ, ਖੋਲ੍ਹ ਕੇ ਦੇਖੋ, ਬੈਠੋ, ਇੰਜੋਏ ਕਰੋ ਅਤੇ 23 ਮਾਰਚ ਨੂੰ ਦੇਖਣ ਜਾਓ ਸੱਜਣ ਸਿੰਘ ਰੰਗਰੂਟ। ਚੰਗਾ ਜੀ।